ਨਸ਼ੇ ਦੀ ਪੂਰਤੀ ਲਈ ਨਸ਼ੇੜੀ ਆਪਣਿਆਂ ਦੇ ਖੂਨ ਦੇ ਪਿਆਸੇ ਵੀ ਹੋ ਜਾਂਦੇ ਹਨ। ਅਜਿਹਾ ਇੱਕ ਮਾਮਲਾ ਸੰਗਰੂਰ ਦੇ ਲਹਿਰਾ ਗਾਗਾ ਵਿੱਚ ਆਇਆ ਜਿੱਥੇ ਪੁੱਤ ਵੱਲੋਂ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਦੋਸ਼ੀ ਮਨਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਉਸਦਾ ਆਪਣੇ ਪਿਓ ਸੁਖਦੇਵ ਸਿੰਘ ਨਾਲ ਝਗੜਾ ਰਹਿੰਦਾ ਸੀ। ਬੀਤੇ ਦਿਨੀ ਸੁਖਦੇਵ ਸਿੰਘ ਵੱਲੋਂ ਆਪਣੇ ਗੁਆਂਢੀ ਨੂੰ ਜ਼ਮੀਨ ਵੇਚੀ ਗਈ ਸੀ ਜਿਸ ਬਾਰੇ ਉਸਦੇ ਪੁੱਤਰ ਨੂੰ ਪਤਾ ਲੱਗਣ 'ਤੇ ਉਸਨੇ ਪੈਸਿਆਂ ਦੀ ਮੰਗ ਕੀਤੀ, ਪਰ ਪਿਤਾ ਵੱਲੋਂ ਜਵਾਬ ਦੇਣ 'ਤੇ ਮਨਜੀਤ ਸਿੰਘ ਨੇ ਰਾਤ ਸਮੇਂ ਸੁੱਤੇ ਪਏ ਆਪਣੇ ਪਿਓ ਨੂੰ ਸਿਰ 'ਤੇ ਡੰਡੇ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਮ੍ਰਿਤਕ ਦੀ ਧੀ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ। ਜੀ, ਅੱਜ ਸਾਡੇ ਐਸ ਐਚ ਓ ਲਹਿਰਾ ਨੂੰ ਪਿੰਡ ਰਾਮਗੜ੍ਹ ਸੰਧੂਆਂ ਦੇ ਸਰਪੰਚ ਜਗਤਾਰ ਸਿੰਘ ਦਾ ਫੋਨ ਆਇਆ ਸੀ ਕਿ ਉਹਨਾਂ ਦੇ ਪਿੰਡ ਸੁਖਦੇਵ ਸਿੰਘ, ਜਿਨ੍ਹਾਂ ਦੀ ਉਮਰ ਕਰੀਬ 70 ਸਾਲ ਹੈ, ਵੀ ਉਹਨਾਂ ਦੇ ਲੜਕੇ ਨੇ ਉਹਦਾ ਕਤਲ ਕਰ ਦਿੱਤਾ। ਇਹ ਇਤਲਾਹ ਮਿਲਣ 'ਤੇ ਅਸੀਂ ਪੁਲਿਸ ਪਾਰਟੀ ਸਮੇਤ ਮੈਂ ਪਿੰਡ ਗਏ ਸੀ। ਪਿੰਡ ਜਾ ਕੇ ਜਦੋਂ ਅਸੀਂ ਜੀ ਸੁਖਦੇਵ ਸਿੰਘ ਦੇ ਘਰ ਦੇਖਿਆ ਤਾਂ ਉਹਦੀ ਜਿਹੜੀ ਲਾਸ਼ ਸੀਗੀ ਉਹ ਬੈੱਡ 'ਤੇ ਮੰਜੇ 'ਤੇ ਪਈ ਹੋਈ ਸੀ ਬਰਾਮਡੇ ਵਿੱਚ, ਅਤੇ ਥੱਲੇ ਖੂਨ ਡਿੱਗਿਆ ਹੋਇਆ ਸੀਗਾ। ਉਹਦੇ ਮੱਥੇ 'ਤੇ ਸਿਰ 'ਤੇ ਸੱਟਾਂ ਲੱਗੀਆਂ ਹੋਈਆਂ ਸੀਗੀਆਂ। ਜਦੋਂ ਅਸੀਂ ਡੂੰਘਾਈ ਨਾਲ ਪਿੰਡ 'ਚੋਂ ਸਾਰੇ ਤੋਂ ਵੇਰੀਫਾਈ ਕੀਤਾ ਤਾਂ ਪਤਾ ਲੱਗਿਆ ਕਿ ਸੁਖਦੇਵ ਸਿੰਘ ਦਾ ਇੱਕੋ ਇੱਕ ਮੁੰਡਾ ਮਨਜੀਤ ਸਿੰਘ। ਮਨਜੀਤ ਸਿੰਘ ਆ ਜਿਹੜਾ ਇਹ ਸ਼ਰਾਬ ਪੀਣ ਦਾ ਆਦੀ ਹੈ। 3-4 ਦਿਨ ਪਹਿਲਾਂ ਸੁਖਦੇਵ ਸਿੰਘ ਨੇ ਆਪਣੀ ਸਵਾ ਵਿਸਵਾ ਜਿਹੜੀ ਜ਼ਮੀਨ ਹੈ ਘਰ ਦੇ ਨਾਲ ਲੱਗਦੀ, ਉਹ ਗੁਆਂਢੀ ਨੂੰ ਵੇਚੀ ਸੀ, ਜਿਹਦੇ ਉਹਨਾਂ ਨੇ 20,000 ਰੁਪਏ ਲਏ ਸੀਗੇ ਅਤੇ ਬਾਕੀ ਪੈਸੇ ਅਜੇ ਲੈਣੇ ਸੀਗੇ। ਇਹਦਾ ਜਿਹੜਾ ਲੜਕਾ, ਜਦੋਂ ਇਹਨੂੰ ਪਤਾ ਲੱਗ ਗਿਆ ਕਿ ਮੇਰੇ ਬਾਪ ਕੋਲ 20,000 ਰੁਪਈਆ, ਉਹ ਰਾਤ ਕਿਤੇ ਬੀਤੀ ਰਾਤ ਪੈਸੇ ਮੰਗਦਾ ਸੀ, ਬਰਾਂਡੇ ਦੇ ਵਿੱਚ ਇਕੱਠੇ ਪਏ ਸੀ। ਹੋ ਸਕਦਾ ਸੁਖਦੇਵ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਹੋਵੇ, ਇਹਨਾਂ ਦੀ ਆਪਸ 'ਚ ਝਗੜਾ ਹੋ ਗਿਆ, ਔਰ ਇਸ ਲੜਕੇ ਨੇ ਮਨਜੀਤ ਸਿੰਘ ਨੇ ਆਪਣੇ ਬਾਪ ਦੇ ਸਿਰ ਵਿੱਚ ਡੰਡਾ ਕਾਫੀ ਵੱਡਾ ਮੋਟਾ ਸੀ ਜਿਹੜਾ ਐਡੀ ਜ਼ੋਰ ਨਾਲ ਮਾਰਿਆ ਕਿ ਉਹਦੇ 2 ਪੀਸ ਹੋ ਗਏ, ਔਰ ਡੰਡੇ ਨੂੰ ਵੀ ਬਲੱਡ ਲੱਗਾ ਸੀ ਔਰ ਉਹਦੇ ਸਿਰ 'ਚੋਂ ਕਾਫੀ ਖੂਨ ਲੱਗਿਆ। 5-6 ਡੰਡੇ ਉਹਦੇ ਮੱਥੇ ਅਤੇ ਸਿਰ 'ਤੇ ਮਾਰੇ, ਜਿਹਦੇ ਨਾਲ ਜਿਹੜੇ ਸੁਖਦੇਵ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਸੀਗੀ। ਇਹ ਜਿਹੜਾ ਮਨਜੀਤ ਸਿੰਘ ਸੀਗਾ, ਇਹ ਮੌਕੇ ਤੋਂ ਇਹ ਸਾਰਾ ਕੁਝ ਦੇਖ ਕੇ ਭੱਜ ਗਿਆ ਸੀਗਾ। ਹੁਣ ਸਾਨੂੰ ਸਾਰਾ ਪਤਾ ਲੱਗ ਗਿਆ ਤਾਂ ਅਸੀਂ ਇਹਨਾਂ ਦੀ ਲੜਕੀ ਹੈ ਜਿਹੜੀ ਮਨਜੀਤ ਆਪਣੇ ਗੁਰਮੀਤ ਕੌਰ, ਉਹਨੂੰ ਬੁਲਾਇਆ, ਉਹਦੇ ਬਿਆਨ 'ਤੇ ਅਸੀਂ ਸਾਰੀ ਕਾਰਵਾਈ ਜਿਹੜੀ ਹੈ ਕੀਤੀ ਹੈ। FIR ਨੰਬਰ 171 ਅੰਡਰ ਸੈਕਸ਼ਨ 302 IPC ਇਹ ਮਨਜੀਤ ਸਿੰਘ ਦੇ ਖਿਲਾਫ ਅਸੀਂ ਦਰਜ ਰਜਿਸਟਰ ਕਰ ਲਈਏ। ਸੰਗਰੂਰ ਤੋਂ ਕੁਲਬੀਰ ਨਾਮੋਲ ਦੀ ਰਿਪੋਰਟ, ਪੰਜਾਬ ਟੂਡੇ।